ਸਰਕਾਰ ਸਾਨੂੰ ਪਰਾਲੀ ਦੇ ਮਸਲੇ 'ਤੇ ਘੇਰਨ ਲੱਗੀ ਹੈ। ਕਿਸਾਨਾਂ ਨੂੰ ਇਕੱਲੇ ਦੇ ਇਕੱਲੇ ਨੂੰ ਫੜ ਕੇ ਪਰਚੇ ਪਾ ਰਹੀ ਹੈ, ਕਿਸਾਨਾਂ ਨੂੰ ਚੱਕ ਕੇ ਅੰਦਰ ਕਰ ਰਹੀ ਹੈ। ਉਲਟਿਆ ਸਾਡੇ 'ਤੇ ਫੌਜਦਾਰੀ ਪਰਚੇ ਪਾ ਕੇ ਅੰਨਦਾਤੇ ਨੂੰ ਕ੍ਰਿਮੀਨਲ ਬਣਾਇਆ ਜਾ ਰਿਹਾ। ਅਸੀਂ ਇਸ ਗੱਲ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਹ ਐਲਾਨੀਆਂ ਕਹਿੰਦੇ ਹਾਂ ਵੀ ਐਂ ਡੰਡੇ ਦੇ ਜ਼ੋਰ 'ਤੇ ਸਾਤੋਂ ਪਰਾਲੀ ਦਾ ਹੱਲ ਨਹੀਂ ਕਰਾਇਆ ਜਾ ਸਕਦਾ। ਵਾਤਾਵਰਨ ਪੱਖੀ ਅਸੀਂ ਵੀ ਹਾਂ, ਅਸੀਂ ਪ੍ਰਦੂਸ਼ਣ ਕਰਕੇ ਰਾਜ਼ੀ ਨਹੀਂ ਹੈਗੇ, ਪਰ ਖੇਤੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਸਿਰਫ ਔਰ ਸਿਰਫ 8% ਹੈ। ਜੇ ਇਹਨਾਂ ਨੇ ਪ੍ਰਦੂਸ਼ਣ ਦੇ ਹੱਲ ਕਰਨੇ ਨੇ ਤਾਂ ਆਪਦੀਆਂ ਇੰਡਸਟਰੀਆਂ ਨੂੰ ਰੋਕਣ, ਇੰਡਸਟਰੀਆਂ ਨੂੰ ਰੋਕਣ। ਐਂ ਡੰਡੇ ਦੇ ਜ਼ੋਰ 'ਤੇ ਜੇ ਕਿਸੇ ਕਿਸਾਨ ਨੂੰ ਗ੍ਰਿਫਤਾਰ ਕਰਨਗੇ, ਕਿਸੇ ਕਿਸਾਨ 'ਤੇ ਪਰਚਾ ਪਾਉਣਗੇ, ਤਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਉਹਨਾਂ ਦੇ ਘਰਿਓ ਵੀ ਕਰਾਂਗੇ, ਵੱਡਾ ਸੰਘਰਸ਼ ਕਰਾਂਗੇ। ਜਾਣੀ ਜੇ ਰਾਜਨੀਤਿਕ ਪਾਰਟੀਆਂ ਨੂੰ ਜਿਹੜੀਆਂ ਅੱਜ ਉਹਨਾਂ ਦੀਆਂ ਪਿੱਠੂ ਬਣ ਰਹੀਆਂ ਨੇਗੀਆਂ, ਉਹਨਾਂ ਦੇ ਪਿੰਡਾਂ 'ਚ ਘਰਿਓ ਕਰਾਂਗੇ, ਉਹਨਾਂ ਤੋਂ ਵੀ ਸਵਾਲ ਜਵਾਬ ਮੰਗਾਂਗੇ। ਜਿਹੜਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਵੀ ਇਹਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਗਿਆ, ਉਹਨੂੰ ਕਿਵੇਂ ਦੇਖਦੇ? ਸੁਪਰੀਮ ਕੋਰਟ ਦੀ ਵੀ ਅਸੀਂ ਪੂਰੀ ਗੱਲ ਨਾਲ ਸਹਿਮਤ ਨਹੀਂ ਹੈਗੇ। ਸੁਪਰੀਮ ਕੋਰਟ ਨੇ ਪਹਿਲੀ ਗੱਲ ਤਾਂ 100 ਰੁਪਏ ਕੁਇੰਟਲ ਕਿਹਾ, 100 ਰੁਪਏ ਕੁਇੰਟਲ ਜਾਣੀ ਉਹ ਕਿਸਾਨ ਦੇ ਪੱਲਿਓਂ ਪਵਾਊਗੀ, ਅਸੀਂ ਤਾਂ ਮੰਗ ਹੀ 200 ਰੁਪਏ ਕੁਇੰਟਲ ਦੀ ਕਰੀ ਹੈ। ਫਿਰ ਸੁਪਰੀਮ ਕੋਰਟ ਨੇ ਉੱਤੇ ਸ਼ਰਤਾਂ ਰੱਖਤੀਆਂ ਵੀ ਜੇ 2.5 ਏਕੜ ਵਾਲੇ ਨੂੰ ਦਿਓ, 5 ਏਕੜ ਵਾਲੇ ਨਾ ਦਿਓ। 5 ਏਕੜ ਵਾਲੇ ਦੇ ਪਰਾਲੀ ਵੱਧ ਹੁੰਦੀ ਹੈਗੀ, 10 ਏਕੜ ਵਾਲੇ ਦੇ ਉਦੋਂ ਵੱਧ ਹੁੰਦੀ ਹੈ, 20 ਏਕੜ ਵਾਲੇ ਦੇ ਉਦੋਂ ਵੱਧ ਹੁੰਦੀ ਹੈ। ਜਦੋਂ ਕੁਇੰਟਲਾਂ ਦੀ ਰੇਟ ਹੋ ਗਿਆ ਵੀ ਜਾਣੀ ਜੇ ਉਹ ਕੁਇੰਟਲ 'ਤੇ 200 ਏਕੜ 200 ਰੁਪਇਆ ਦਿੰਦੇ ਨੇ, ਤਾਂ ਜਿਹਦੇ ਵੱਧ ਕੁਇੰਟਲ ਹੋਊਗੀ ਉਹਦੇ ਵੱਧ ਪਰਾਲੀ ਹੋਊਗੀ, ਉਹਦਾ ਜਾਣੀ ਇਹ ਹੱਲ ਹੋ ਜੂਗਾ। ਜੇ ਉਹ ਸਾਨੂੰ 200 ਰੁਪਏ ਕੁਇੰਟਲ ਦਿੰਦੇ ਨੇ ਤਾਂ ਖੇਤ ਮਜ਼ਦੂਰਾਂ ਨੂੰ ਕੰਮ ਮਿਲ ਜੂਗਾ,
ਸਾਡੇ ਕਿਸਾਨਾਂ ਨੂੰ ਕੰਮ ਮਿਲ ਜੂਗਾ, ਖੇਤ ਮਜ਼ਦੂਰ ਵਿਹਲੇ ਫਿਰਦੇ ਨੇਗੇ, ਪਸ਼ੂਆਂ ਦਾ ਹਰਾ ਚਾਰਾ ਬਣ ਜੂਗਾ। ਇਹ ਪਰਾਲੀ ਦਾ ਹੱਲ ਹੋ ਸਕਦਾ ਜੇ 200 ਰੁਪਏ ਕੁਇੰਟਲ ਦਿੰਦੀ ਹੈ, ਪਰ ਸਰਕਾਰ 200 ਰੁਪਏ ਕੁਇੰਟਲ ਦੇਣ ਦੀ ਬਜਾਏ ਆ ਡੰਡੇ ਨਾਲ ਹੱਲ ਕਰਨਾ ਚਾਹੁੰਦੀ ਹੈ, ਤਾਂ ਡੰਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸਾਨੀ 'ਤੇ ਨਹੀਂ ਡੰਡਾ ਚੱਲਣ ਦੇਊਗੀ। ਇਸ ਗੱਲ ਦਾ ਅਸੀਂ ਚੱਲਦੇ ਕੀ ਕਹਿਣਾ ਚਾਹੁੰਦੇ ਤੁਸੀਂ ਪਰਾਲੀ ਨੂੰ ਲੈ ਕੇ ਜਿਹੜਾ ਪ੍ਰਤੀ 100 ਰੁਪਏ ਕੁਇੰਟਲ ਦਿੱਤਾ ਉਹ? ਜਿਹੜਾ 100 ਰੁਪਈਆ ਕੁਇੰਟਲ ਕਹਿੰਦਾ ਸੁਪਰੀਮ ਕੋਰਟ ਆਪਣਾ ਕਿਹਾ, ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇ, ਉਹ ਬਿਲਕੁਲ ਝੂਠ ਹੈ ਜੀ। ਨਾ ਕਹਿੰਦਾ ਇਹ ਸਾਨੂੰ ਇਸ 'ਤੇ ਕੋਈ, ਅਸੀਂ ਇਹ ਸਰਕਾਰ 'ਤੇ ਆਸਾ ਰੱਖਦੇ ਹਾਂ, ਅਤੇ ਨਾ ਇਹ ਜਿਹੜਾ ਹੁਣ ਟਾਈਮ ਦੇ ਟਾਈਮ ਸਮਝਦਾ 3 ਸਾਲ ਹੋ ਗਏ ਮੰਗ ਕਰਦਿਆਂ ਨੂੰ, ਜਿਹਦਾ ਕੋਈ ਹੱਲ ਕਰੋ ਜੀ ਸਾਨੂੰ, ਕਹਿੰਦਾ ਸੁਸਾਇਟੀਆਂ ਦੇ ਵਿੱਚ ਜਿਵੇਂ ਵੀ ਕੋਈ ਸਾਧਨ ਦਿਓ ਵੀ ਇਸ ਨੂੰ ਕਹਿੰਦਾ ਕਿਹੜੇ ਲੋਟ ਵੀ ਕੀ ਇਹਦਾ ਇਲਾਜ ਹੋਵੇ, ਪਰ ਇਸ ਦੇਣ ਦੇ ਬਜਾਏ ਸਰਕਾਰ ਸਾਨੂੰ ਕਹਿੰਦਾ ਡੰਡੇ ਨਾਲ ਦਬਾ ਕੇ ਇਹ ਜਿਹੜਾ ਸਾਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦੀ ਹੈ। ਇਹ ਕੋਈ ਪਰਾਲੀ ਤਾਂ ਇਦੋਂ ਪਹਿਲਾਂ ਵੀ ਜਲਾਈ ਜਾਂਦੀ ਹੈ, ਅਤੇ ਅੱਗੇ ਜਿਹੜੇ ਦੂਏ ਦੇਸ਼ਾਂ ਦੇ ਵਿੱਚ ਵੀ ਜਿਹੜਾ ਖੇਤੀ ਹੈ ਜੀਰੀ ਦੀ ਕੀਤੀ ਜਾਂਦੀ ਹੈ, ਪਰ ਉਹ ਦੇਸ਼ਾਂ ਦੇ ਵਿੱਚ ਇਸ ਪਰਾਲੀ ਤੋਂ ਨਾਲੇ ਕਿਸਾਨਾਂ ਨੂੰ ਆਮਦਨ ਕੀਤੀ ਜਾਂਦੀ ਹੈ, ਅਤੇ ਨਾਲੇ ਸਮਾਨ ਤਿਆਰ ਹੁੰਦਾ, ਟਾਈਲਾਂ ਨੇ, ਮਕਾਨ ਬਣਦੇ ਨੇ, ਗਿਟਕੀ ਤਿਆਰ ਹੁੰਦੀ ਹੈ, ਬਾਇਓਗੈਸ ਤਿਆਰ ਹੁੰਦੀ ਹੈ ਇਸ ਤੋਂ। ਪਰ ਇਸ ਦੇਣ ਦੇ ਬਜਾਏ ਸਰਕਾਰ ਸਾਡੇ ਮੂੰਹੋਂ ਕਹਾਉਂਦੀ ਹੈ ਵੀ ਕਹਿੰਦਾ ਜਿਹੜਾ ਤੁਸੀਂ ਵੀ ਇਹ ਪਰਾਲੀ ਹੈ ਵੀ ਲੈ ਜਾਓ ਜੀ, ਇਹ ਜਿਹੜੀ ਰਹਿੰਦ ਖੂੰਹਦ ਦੇ ਦੱਸਦੀ ਹੈ ਸਰਕਾਰ ਤਾਂ ਇਸ ਨੂੰ, ਪਰ ਅਸੀਂ ਨਹੀਂ ਕਹਿੰਦਾ, ਚਲੋ ਸਾਡੀ ਤਾਂ ਹੁਣ ਰਹਿੰਦ ਖੂੰਹਦ ਹੈ ਜਦੋਂ ਸਰਕਾਰ ਨੇ ਕੋਈ ਇਸ ਦੇ ਪ੍ਰਤੀ ਸਾਡੀ ਕੋਈ ਸੁਣਵਾਈ ਨਹੀਂ ਕਰੀ, ਪਰ ਸਾਡੇ ਲਵੇ ਤੁਹਾਡੀ ਕੀ ਮੰਗ ਹੈ ਵੀ ਕਿੰਨਾ ਚਾਹੀਦਾ? ਸਾਡੀ ਮੰਗ ਹੈ 200 ਰੁਪਈਆ ਕੁਇੰਟਲ ਜਾਂ ਬੋਨਸ ਦਿੱਤਾ ਜਾਵੇ, ਜਾਂ 6000 ਰੁਪਈਆ ਪ੍ਰਤੀ ਏਕੜ ਦਿੱਤਾ ਜਾਵੇ। ਜਿਹੜਾ ਇਹਦਾ ਹੱਲ ਹੈ ਕਿਸਾਨ ਇਹ ਹਰਾ ਚਾਰੇ ਦੇ ਤੌਰ 'ਤੇ ਵੀ ਹੋਵੇ, ਅਤੇ ਸਾਡੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਦਿਹਾੜੀ ਵੀ ਮਿਲੇ, ਕਹਿੰਦੇ ਵੀ ਪਰਚੇ ਦਰਜ ਕਰੇ ਜਾਣ, ਇਹਨਾਂ ਨੂੰ ਗ੍ਰਿਫਤਾਰ ਕਰਿਆ ਜਾਵੇ, ਉਹਦੇ ਲਈ ਤੁਸੀਂ ਕੀ ਸੰਘਰਸ਼ ਕਰੋਗੇ? ਜੇ ਇਹ ਸਾਡੇ ਪਿੰਡਾਂ ਦੇ ਵਿੱਚ ਵੜਨਗੇ ਜੀ, ਕਹਿੰਦਾ ਇਹ ਕਿਸੇ ਕਿਸਾਨ ਨੂੰ ਗ੍ਰਿਫਤਾਰ ਕਰਨਗੇ, ਕੋਈ ਇਹੋ ਜਿਹਾ ਐਕਸ਼ਨ ਲੈਣਗੇ, ਤਾਂ ਅਸੀਂ ਉਸਦਾ ਬਿਲਕੁਲ ਵਿਰੋਧ ਕਰਾਂਗੇ, ਉਹਦਾ ਘਿਰਾਓ ਕਰਾਂਗੇ। ਅਸੀਂ ਘਿਰਾਓ ਚਾਹੇ SDM ਹੈ, ਚਾਹੇ ਥਾਣੇ ਦਾ ਕਰਨਾ ਪਵੇ, ਜਾਂ ਮੌਕੇ 'ਤੇ ਜਿਹੜੇ ਅਧਿਕਾਰੀ ਆਉਣਗੇ ਅਸੀਂ ਉਹਨਾਂ ਦਾ ਵੀ ਘਿਰਾਓ ਕਰਾਂਗੇ। ਅਸੀਂ ਬਿਲਕੁਲ ਪੂਰੀ ਲੜਾਈ ਦੇਵਾਂਗੇ ਜਿਸ 'ਤੇ, ਇਹ ਸਰਕਾਰ ਦਾ ਡੰਡਾ ਥੋੜ੍ਹਾ ਚੱਲਣ ਦੇਵਾਂਗੇ ਅਸੀਂ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਕ ਨਹੀਂ ਹੋ, ਜਿੰਨਾ ਵੀ ਕਹਿੰਦਾ ਅਸੀਂ ਇਹਦੇ ਉੱਪਰ ਜਿਹੜਾ ਜਾਬਰੀ ਕਰਦੀ ਹੈ ਸਰਕਾਰ ਸਾਡੇ 'ਤੇ, ਜਾਬਰ ਕਰਨ ਉਤਰੀ ਹੈ, ਉਹ ਜਾਬਰ ਦਾ ਵਿਰੋਧ ਕਰਾਂਗੇ ਅਸੀਂ। ਇਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜੇ ਅੱਗ ਲਾਉਣ ਦੇ ਹੁਣ ਤੱਕ ਕੁੱਲ ਮਤਲਬ ਕਿ 5557 ਮਾਮਲੇ ਨੇ ਜਿਹੜੇ ਉਹ ਮਤਲਬ ਵੀ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 1035 ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਮਤਲਬ ਵੀ ਆਪਣਾ ਜਿਹੜਾ ਹੈਗਾ ਪੋਲਿਊਸ਼ਨ ਕੰਟਰੋਲ ਵੱਲੋਂ ਉਹਨਾਂ ਦੇ ਚਲਾਨ ਕੱਟੇ ਗਏ ਆ, ਜਿਸ ਦੀ ਰਿਕਵਰੀ ਵਿੱਚੋਂ 26,27,500 ਰੁਪਈਆ ਜਿਹੜਾ ਹੈਗਾ ਉਹ ਮਤਲਬ ਵੀ ਅਸੀਂ ਰਿਕਵਰੀ ਜਿਹੜੀ ਕਰ ਰਹੇ ਹਾਂ। ਅਤੇ ਇਸ ਤੋਂ ਇਲਾਵਾ ਜਿਹੜੇ ਮਤਲਬ ਵੀ 873 ਕੇਸਿਸ ਨੇ ਉਹਨਾਂ ਦੇ ਵਿੱਚ ਰੈਵਨਿਊ ਰਿਕਾਰਡ ਦੇ ਵਿੱਚ ਮਤਲਬ ਕਿ ਉਹਨਾਂ ਦੀ ਰੈੱਡ ਐਂਟਰੀ ਮਤਲਬ ਵੀ ਕੀਤੀ ਗਈ ਆ, ਤਾਂ ਜੋ ਉਹਨਾਂ ਕਿਸਾਨਾਂ ਨੂੰ ਮਤਲਬ ਵੀ ਜਿਹੜੀ ਆਪਣੇ ਖੇਤੀਬਾੜੀ ਵਿਭਾਗ ਜਾਂ ਹੋਰ ਮਹਿਕਮੇ ਵੱਲੋਂ ਕੋਈ ਸਬਸਿਡੀ ਦੀ ਸੁਵਿਧਾ ਜਿਹੜੀ ਦਿੱਤੀ ਜਾਂਦੀ ਆ ਉਹ ਉਹਨਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ। ਅਤੇ 43 ਕਿਸਾਨਾਂ ਦੇ ਉੱਤੇ ਜਿਹੜੇ ਹੈਗੇ ਆ ਉਹ FIR ਦੇ ਜਿਹੜੇ ਮਾਮਲੇ ਆ ਉਹ ਦਰਜ ਕੀਤੇ ਗਏ ਨੇ। ਸਰ ਹੁਣ ਅੱਗੇ ਕਿਸ ਤਰ੍ਹਾਂ ਦੀ, ਅੱਜ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੋਣ ਜਾ ਰਹੀ ਹੈ, ਕਿਉਂਕਿ ਪ੍ਰਸ਼ਾਸਨ ਥੋੜ੍ਹਾ ਸਖਤ ਹੋ ਗਿਆ ਕਿਸਾਨਾਂ ਦੇ ਖਿਲਾਫ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰੀ ਦੇ ਆਦੇਸ਼ ਵੀ ਦਿੱਤੇ ਗਏ ਨੇ? ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵੀ ਸੁਪਰੀਮ ਕੋਰਟ ਵੱਲੋਂ ਮਤਲਬ ਵੀ 100 ਰੁਪਈਆ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਮਤਲਬ ਵੀ ਆਪਣੇ ਝੋਨੇ ਦਾ ਮਤਲਬ ਵੀ ਜਿਹੜੇ ਕਿਸਾਨ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨਗੇ ਉਹਨਾਂ ਦੇ ਸੰਬੰਧ ਵਿੱਚ 100 ਰੁਪਈਆ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾ ਰਿਹਾ। ਅਤੇ ਆਪਣਾ ਜਿਹੜਾ ਮਤਲਬ ਵੀ ਹੈਗਾ ਜੋ ਕਿਸਾਨ ਇਸ ਤੋਂ ਬਾਅਦ ਮਤਲਬ ਵੀ ਕੋਈ ਪਰਾਲੀ ਨੂੰ ਅੱਗ ਲਗਾਏਗਾ
ਜਾਂ ਜੋ ਕੰਬਾਈਨ ਮਤਲਬ ਵੀ ਵਿਦਆਊਟ SMS ਪਰਾਲੀ ਨੂੰ ਇਸ ਨੂੰ ਝੋਨੇ ਨੂੰ ਕੱਟੇਗੀ ਉਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਆ ਉਹ ਮਤਲਬ ਵੀ ਕੀਤੀ ਜਾਊਗੀ ਅਤੇ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਊ ਅਤੇ ਜੋ ਵੀ ਉਹਨਾਂ ਦਾ ਜੁਰਮਾਨਾ ਹੈ ਉਹ ਉਹਨਾਂ ਨੂੰ ਖਿਲਾਫ਼ ਕੀਤਾ ਜਾਵੇਗਾ।